ਮੋਗਾ ਦੇ ਸਿਵਲ ਹਸਪਤਾਲ ਵਿੱਚੋਂ 8 ਮਹੀਨੇ ਦਾ ਬੱਚਾ ਗਾਇਬ, ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ। ਮੋਗਾ ਦੇ ਸਿਵਲ ਹਸਪਤਾਲ ਵਿੱਚ ਜ਼ਿਲ੍ਹੇ ਮੋਗਾ ਦੇ ਪਿੰਡ ਰੋਤਾ ਦੇ ਨਿਵਾਸੀ ਸਿਮਰਨ ਕੌਰ ਪਤਨੀ ਕਰਮਜੀਤ ਸਿੰਘ ਦੇ 8 ਮਹੀਨੇ ਦੇ ਬੇਟੇ ਨੂੰ ਕੋਈ ਅਗਵਾ ਕਰਕੇ ਜਵਾਕ ਚੁੱਕ ਕੇ ਲੈ ਗਿਆ। ਬੱਚਾ ਚੁੱਕਣ ਵਾਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ। ਉੱਥੇ ਹੀ ਕਰਮਜੀਤ ਨੇ ਦੱਸਿਆ ਕਿ ਉਹ ਜਵਾਨ ਨੂੰ ਨਹੀਂ ਜਾਣਦਾ, ਉਹ ਹਸਪਤਾਲ ਵਿੱਚ ਹੀ ਘੁੰਮ ਰਿਹਾ ਸੀ ਅਤੇ ਕਰੀਬ 2:30 ਵਜੇ ਉਹ ਦੁੱਧ ਬੱਚੇ ਲਈ ਦੁੱਧ ਲੈਣ ਜਾ ਰਿਹਾ ਸੀ ਤਾਂ ਉਸਨੇ ਮੇਰੇ 8 ਮਹੀਨੇ ਦੇ ਬੱਚੇ ਨੂੰ ਫੜ ਲਿਆ ਅਤੇ ਫਰਾਰ ਹੋ ਗਿਆ। ਸਾਨੂੰ ਕਰੀਬ 2 ਵਜੇ ਪਤਾ ਲੱਗਿਆ ਜੀ, ਉਸੇ ਟਾਈਮ ਇਹ ਹਸਪਤਾਲ ਆਇਆ ਕਿ ਕਰਮਜੀਤ ਸਿੰਘ ਇੱਥੇ ਉਹ ਆਪਦੀ ਪਤਨੀ ਨੂੰ ਲੈ ਕੇ ਆਇਆ ਸੀਗਾ ਬੱਚਿਆਂ ਦੇ ਆਪਰੇਸ਼ਨ ਕਰਵਾਉਣ ਸੰਬੰਧੀ। ਉਹਨੇ ਦੱਸਿਆ ਕਿ ਇੱਥੇ ਮੇਰੇ ਨਾਲ ਕੋਈ ਮੁੰਡਾ ਫਿਰਦਾ ਸੀ, ਉਹ ਮੈਂ ਅੰਦਰ ਬਾਥਰੂਮ 'ਚ ਲੈ ਕੇ ਵੜ ਗਿਆ ਬੱਚਾ ਵੱਡਾ, ਅਤੇ ਛੋਟਾ ਬੱਚਾ ਉਹ ਚੁੱਕ ਕੇ ਅਤੇ ਇੱਧਰ ਹੀ ਨਿਕਲ ਗਿਆ। ਉਹਦੇ ਸੰਬੰਧ 'ਚ ਅਸੀਂ ਕੈਮਰਿਆਂ ਦੀ ਸਾਰੇ ਕਰ ਰਹੇ ਹਾਂ, ਕੈਮਰੇ ਚੈੱਕ ਕਰ ਰਹੇ ਹਾਂ ਹਸਪਤਾਲ 'ਚ ਵੀ, ਜਿਹੜੇ ਬਾਹਰ ਗਲੀਆਂ 'ਚ ਵੀ। ਘਟਨਾ ਨੂੰ ਲਗਭਗ 2 ਘੰਟੇ ਹੋ ਚੁੱਕੇ, ਹੁਣ ਤੱਕ ਪੁਲਿਸ ਦੇ ਹੱਥ ਕੁਛ ਲੱਗਿਆ? ਅਜੇ ਤੱਕ ਕੁਛ ਨਹੀਂ ਲੱਗਾ ਜੀ। ਕਿੰਨੀ ਉਮਰ ਕਿਹੜੀ ਦੱਸਦੇ ਜੀ ਬੱਚੇ ਦੀ? ਬੱਚੇ ਦੀ ਉਮਰ 8 ਮਹੀਨੇ ਆ ਜੀ।